ਤਪਦੀ ਗਰਮੀ 'ਚ ਇਹ ਕੁੜੀ ਸੜਕ ਕਿਨਾਰੇ ਖੇਤਾਂ ਦੇ ਵਿੱਚ ਡਿੱਗੀ ਹੋਈ ਸੀ ਜੋ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਧੁੱਤ ਸੀ। ਜਿਸ ਤੋਂ ਬਾਅਦ ਲੋਕਾਂ ਦੀ ਨਜ਼ਰ ਜਦੋਂ ਇਸ ਕੁੜੀ ਤੇ ਪਈ ਤਾਂ ਮੌਕੇ ਤੇ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਐਂਬੂਲੈਂਸ ਪਹੁੰਚੀ ਅਤੇ ਇਸ ਕੁੜੀ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਕੁੜੀ ਨੂੰ ਪਹਿਲਾਂ ਵੀ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਵੇਖਿਆ ਗਿਆ ਸੀ ਤੇ ਹੁਣ ਇਹ ਕੁੜੀ ਨਸ਼ੇ ਦੀ ਹਾਲਤ ਦੇ ਵਿੱਚ ਖੇਤਾਂ ਦੇ ਵਿੱਚ ਬੇਸੁੱਧ ਪਈ ਸੀ, ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਕਿਹਾ ਕਿ ਪੁਲਿਸ ਦੀ ਸਖਤ ਕਾਰਵਾਈ ਦੇ ਬਾਅਦ ਵੀ ਇਲਾਕੇ ਦੇ ਵਿੱਚ ਨਸ਼ਾ ਕਾਰੋਬਾਰੀ ਆਪਣੇ ਕਰਿੰਦਿਆਂ ਦੇ ਜ਼ਰੀਏ ਲੋਕਾਂ ਕੋਲ ਨਸ਼ਾ ਪਹੁੰਚਾਉਂਦੇ ਨੇ ਅਤੇ ਆਪਣੇ ਕਰਿੰਦਿਆਂ ਨੂੰ ਨਸ਼ਾ ਕਰਨ ਲਈ ਵੀ ਦਿੰਦੇ ਨੇ। ਲੋਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਪੁਲਿਸ ਨੇ ਵੀ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਇਸ ਕੁੜੀ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਖੇਤਾਂ ਦੇ ਵਿੱਚ ਪਾਇਆ ਗਿਆ ਜੋ ਪੂਰੀ ਤਰ੍ਹਾਂ ਬੇਸੁੱਧ ਸੀ, ਜਿਸ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ। ਮਾਮਲਾ ਸਰ ਇਹ ਹੈ, ਮੈਂ ਆਪਣੀ ਸ਼ੋਪ ਤੇ ਬੈਠਾ ਸੀ, ਮੇਰੇ ਕੋਲ ਦੋ ਤਿੰਨ ਆਏ ਖੇਤਾਂ ਵਾਲੇ ਜਿਹੜੇ ਜੱਟ ਇਕੱਠੇ ਹੋ ਗਏ, ਭਾਈ ਕੁੜੀ ਉੱਥੇ ਡਿੱਗੀ ਪਈ ਹੈ। ਇਹ ਕੁੜੀ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਟੀਕੇ ਲਾਉਂਦੀ ਫੜੀ ਹੈ ਜੀ, ਇਹ ਅਡਿਕਟ ਆ ਚੰਗੀ ਤਰ੍ਹਾਂ। ਹੁਣ ਇਸ ਟਾਈਮ ਇੰਨੀ ਸਖਤਾਈ ਹੋਣ ਦੇ ਬਾਵਜੂਦ ਇਹ ਪਤਾ ਨਹੀਂ ਕਿੱਥੋਂ ਲਿਆਂਦੇ, ਗੁਰਪੁਰੋਂ ਹੀ ਆ, ਉੱਥੋਂ ਲਿਆ ਕੇ ਨਸ਼ਾ ਖੇਤਾਂ ਦੇ ਵਿੱਚ ਬੇਸੁੱਧ ਪਈ ਸੀਗੀ ਸਾਰਾ ਕੁਛ। ਉੱਥੇ ਮੋਬਾਈਲ ਮੂਬਾਈਲ ਖਿਲਿਆ ਪਿਆ ਸੀ, ਬੁਰਾ ਹਾਲ ਸੀ, ਮਤਲਬ ਗਰਮੀ ਇੰਨੀ ਸੀਗੀ ਲੱਗਦਾ ਨਹੀਂ ਸੀ ਬਚੂਗੀ। ਉਹਨੂੰ ਚੱਕ ਕੇ ਥਾਣੇ ਫੋਨ ਕੀਤਾ, ਐਸ ਪੀ ਡੀ ਸਾਹਿਬ ਨੂੰ ਫੋਨ ਕੀਤਾ, ਐਂਬੂਲੈਂਸ ਬੁਲਾਈ, ਐਂਬੂਲੈਂਸ ਬੁਲਾ ਕੇ ਉਹਨੂੰ ਚੱਕਿਆ ਜੀ ਕੁੜੀ ਨੂੰ। ਸਾਡੇ ਤਾਂ ਉਹ ਪੌੜ ਗੁੜੱਪੜ 'ਚ ਇਹ ਹਾਲਾਤ ਆ, ਰੋਜ਼ ਕੋਈ ਨਾ ਕੋਈ ਡਿੱਗਿਆ ਰਹਿੰਦਾ ਜੀ। ਇੰਨੀ ਸਖਤਾਈ ਹੋਣ ਦੇ ਬਾਵਜੂਦ ਜਿਹੜੇ ਨਸ਼ਾ ਤਸਕਰ ਹੈ ਨਾ, ਇਹ ਆਪਣੇ ਕਰਿੰਦਿਆਂ ਨੂੰ ਭੇਜ ਕੇ ਉਹਦੇ ਬਾਰੇ ਫੜਾਉਂਦੇ ਆ ਜੀ ਸਮਾਨ, ਚਿੱਟਾ ਛੜਿਆ ਉਹਨੂੰ ਦਵਾਉਂਦੇ। ਬਹੁਤ ਬੁਰਾ ਹਾਲ ਆ ਜੀ ਸਾਡੇ। ਘਰ ਦੇ ਮੁੜੇ ਤਾਲੇ ਲੱਗੇ ਹੋਏ ਨੇ ਸਾਰੇ, ਬੜੇ ਬੜੇ ਤਾਲੇ ਲੱਗੇ ਹੋਏ, ਪੁਲਿਸ ਆਉਂਦੀ ਤਾਲਾ ਲੱਗੇ ਹੁੰਦੇ। ਦੇਖੋ ਜੀ, ਜਦੋਂ ਰੇਡ ਪੈਂਦੀ ਉਦੋਂ ਤਾਲੇ ਲੱਗੇ ਹੁੰਦੇ ਆ ਅੰਦਰ ਹੁੰਦੇ ਆ। ਇਹ ਜਿਹੜਾ ਚਿੱਟਾ ਆ ਇਹਨਾਂ ਨੇ ਨੇੜੇ ਤੇੜੇ ਘਰ ਆ, ਜਿਹੜੇ ਆਮ ਘਰ ਵਾਲੇ ਹੈਗੇ ਉਹਨਾਂ ਦੇ ਘਰ ਰੱਖਿਆ ਹੁੰਦਾ ਆ, ਉੱਧਰੋਂ ਚੱਕ ਕੇ ਫੜਾਈ ਜਾਂਦੇ ਸਾਰੇ। ਤੁਸੀਂ ਅੱਜ ਇਸ ਬਾਬਤ ਐਸ ਐਸ ਪੀ ਨੂੰ ਮਿਲ ਕੇ ਐਸ ਐਫ ਸਾਹਿਬ ਨੇ ਕੀ ਰਿਸਪੋਂਸ ਦਿੱਤਾ? ਐਸ ਐਸ ਪੀ ਸਾਹਿਬ ਨੇ ਇਹੀ ਕਿਹਾ ਵੀ ਕਾਰਵਾਈ ਹੋਊਗੀ ਪੂਰੀ, ਨਸ਼ਾ ਹੀ ਬੇਕਰਨੀ ਜਿਹੜਾ ਇਹਨਾਂ ਨੂੰ ਜੜੋਂ ਪੱਟ ਕੇ ਸਿੱਟਾਂਗੇ ਪੂਰਾ। ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ, ਸਾਨੂੰ ਹੈ ਵੀ ਆ ਵੀ ਐਸ ਐਸ ਪੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਆ। ਇਸੇ ਗੱਲ ਲਈ ਅਸੀਂ ਦੁਬਾਰਾ ਉਹਨਾਂ ਕੋਲ ਰਿਕੁਐਸਟ ਲੈ ਕੇ ਆਏ ਸੀ ਵੀ ਕਦੋਂ ਚੋਰੀ ਛੱਪੇ ਵੇਚਦੇ ਆ ਉਹਨਾਂ ਦੇ ਕਾਰਵਾਈ ਹੋਵੇ। ਤਪਦੀ ਗਰਮੀ 'ਚ ਇਹ ਕੁੜੀ ਸੜਕ ਕਿਨਾਰੇ ਖੇਤਾਂ ਦੇ ਵਿੱਚ ਡਿੱਗੀ ਹੋਈ ਸੀ ਜੋ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਧੁੱਤ ਸੀ, ਜਿਸ ਤੋਂ ਬਾਅਦ ਲੋਕਾਂ ਦੀ ਨਜ਼ਰ ਜਦੋਂ ਇਸ ਕੁੜੀ ਤੇ ਪਈ ਤਾਂ ਮੌਕੇ ਤੇ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਐਂਬੂਲੈਂਸ ਪਹੁੰਚੀ ਅਤੇ ਇਸ ਕੁੜੀ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਕੁੜੀ ਨੂੰ ਪਹਿਲਾਂ ਵੀ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਵੇਖਿਆ ਗਿਆ ਸੀ ਤੇ ਹੁਣ ਇਹ ਕੁੜੀ ਨਸ਼ੇ ਦੀ ਹਾਲਤ ਦੇ ਵਿੱਚ ਖੇਤਾਂ ਦੇ ਵਿੱਚ ਬੇਸੁੱਧ ਪਈ ਸੀ, ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਕਿਹਾ ਕਿ ਪੁਲਿਸ ਦੀ ਸਖਤ ਕਾਰਵਾਈ ਦੇ ਬਾਅਦ ਵੀ ਇਲਾਕੇ ਦੇ ਵਿੱਚ ਨਸ਼ਾ ਕਾਰੋਬਾਰੀ ਆਪਣੇ ਕਰਿੰਦਿਆਂ ਦੇ ਜ਼ਰੀਏ ਲੋਕਾਂ ਕੋਲ ਨਸ਼ਾ ਪਹੁੰਚਾਉਂਦੇ ਨੇ ਅਤੇ ਆਪਣੇ ਕਰਿੰਦਿਆਂ ਨੂੰ ਨਸ਼ਾ ਕਰਨ ਲਈ ਵੀ ਦਿੰਦੇ ਨੇ। ਲੋਕਾਂ ਨੇ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਪੁਲਿਸ ਨੇ ਵੀ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਇਸ ਕੁੜੀ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਖੇਤਾਂ ਦੇ ਵਿੱਚ ਪਾਇਆ ਗਿਆ ਜੋ ਪੂਰੀ ਤਰ੍ਹਾਂ ਬੇਸੁੱਧ ਸੀ, ਜਿਸ ਨੂੰ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ। ਮਾਮਲਾ ਸਰ ਇਹ ਹੈ, ਮੈਂ ਆਪਣੀ ਸ਼ੋਪ ਤੇ ਬੈਠਾ ਸੀ, ਮੇਰੇ ਕੋਲ ਦੋ ਤਿੰਨ ਆਏ ਖੇਤਾਂ ਵਾਲੇ ਜਿਹੜੇ ਜੱਟ ਇਕੱਠੇ ਹੋ ਗਏ, ਭਾਈ ਕੁੜੀ ਉੱਥੇ ਡਿੱਗੀ ਪਈ ਆ। ਇਹ ਕੁੜੀ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਟੀਕੇ ਲਾਉਂਦੀ ਫੜੀ ਹੈ ਜੀ, ਇਹ ਅਡਿਕਟ ਆ ਚੰਗੀ ਤਰ੍ਹਾਂ। ਹੁਣ ਇਸ ਟਾਈਮ ਇੰਨੀ ਸਖਤਾਈ ਹੋਣ ਦੇ ਬਾਵਜੂਦ ਇਹ ਪਤਾ ਨਹੀਂ ਕਿੱਥੋਂ ਲਿਆਂਦੇ, ਗੁਰਪੁਰੋਂ ਹੀ ਆ, ਉੱਥੋਂ ਲਿਆ ਕੇ ਨਸ਼ਾ ਖੇਤਾਂ ਦੇ ਵਿੱਚ ਬੇਸੁੱਧ ਪਈ ਸੀਗੀ
ਸਾਰਾ ਕੋਠੇ ਤੋਂ ਮੋਬਾਈਲ ਮੋਬਾਈਲ ਖਿਲਿਆ ਪਿਆ ਸੀ, ਬੁਰਾ ਹਾਲ ਸੀ, ਮਤਲਬ ਗਰਮੀ ਇੰਨੀ ਸੀ ਕਿ ਲੱਗਦਾ ਨਹੀਂ ਸੀ ਬਚੂਗੀ। ਉਹਨੂੰ ਚੱਕ ਕੇ ਥਾਣੇ ਫੋਨ ਕੀਤਾ, SPD ਸਾਹਿਬ ਨੂੰ ਫੋਨ ਕੀਤਾ, ਐਂਬੂਲੈਂਸ ਬੁਲਾਈ, ਐਂਬੂਲੈਂਸ ਬੁਲਾ ਕੇ ਉਹਨੂੰ ਚੱਕਿਆ ਜੀ ਕੁੜੀ ਨੂੰ। ਸਾਡੇ ਤਾਂ ਉਹ ਪੌੜ ਗਰੁੱਪ 'ਚ ਇਹ ਹਾਲਾਤ ਆ, ਰੋਜ਼ ਕੋਈ ਨਾ ਕੋਈ ਡਿੱਗਿਆ ਰਹਿੰਦਾ ਜੀ। ਇੰਨੀ ਸਖਤਾਈ ਹੋਣ ਦੇ ਬਾਵਜੂਦ ਜਿਹੜੇ ਨਸ਼ਾ ਤਸਕਰ ਹੈ ਨਾ, ਇਹ ਆਪਣੇ ਕਰਿੰਦਿਆਂ ਨੂੰ ਭੇਜ ਕੇ ਉਹਦੇ ਬੜੇ ਫੜਾਉਂਦੇ ਆ ਜੀ ਸਮਾਨ, ਚਿੱਟਾ ਛਰਿਆ ਉਹਨੂੰ ਦਵਾਉਂਦੇ। ਬਹੁਤ ਬੁਰਾ ਹਾਲ ਆ ਜੀ ਸਾਡੇ। ਘਰ ਦੇ ਮੁੜੇ ਤਾਲੇ ਲੱਗੇ ਹੋਏ ਨੇ ਸਾਰੇ, ਬੜੇ ਬੜੇ ਤਾਲੇ ਲੱਗੇ ਹੋਏ, ਪੁਲਿਸ ਆਉਂਦੀ ਤਾਲਾ ਲੱਗਿਆ ਹੁੰਦਾ। ਕੋਈ ਜਦੋਂ ਰੇਡ ਪੈਂਦੀ ਉਦੋਂ ਤਾਲੇ ਲੱਗੇ ਹੁੰਦੇ ਆ, ਅੰਦਰ ਹੁੰਦੇ ਆ ਇਹ। ਜਿਹੜਾ ਚਿੱਟਾ ਆ ਇਹਨਾਂ ਨੇ ਨੇੜੇ ਤੇੜੇ ਘਰ ਆ, ਜਿਹੜੇ ਆਮ ਘਰ ਵਾਲੇ ਹੈਗੇ ਉਹਨਾਂ ਦੇ ਘਰ ਰੱਖਿਆ ਹੁੰਦਾ ਆ, ਉੱਧਰੋਂ ਚੱਕ ਕੇ ਫੜਾਈ ਜਾਂਦੇ ਸਾਰੇ। ਤੁਸੀਂ ਅੱਜ ਇਸ ਬਾਬਤ SSP ਨੂੰ ਮਿਲ ਕੇ SSP ਸਾਹਿਬ ਨੇ ਕੀ ਰਿਸਪੋਂਸ ਦਿੱਤਾ? SSP ਸਾਹਿਬ ਨੇ ਇਹੀ ਕਿਹਾ ਵੀ ਕਾਰਵਾਈ ਹੋਊਗੀ ਪੂਰੀ, ਨਸ਼ਾ ਹੀ ਵਿਕਣ ਨਹੀਂ ਦੇਣਾ, ਇਹਨਾਂ ਨੂੰ ਜੜੋਂ ਪੱਟ ਕੇ ਸਿੱਟਾਂਗੇ ਪੂਰਾ। ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ, ਸਾਨੂੰ ਹੈ ਵੀ ਆ ਵੀ SSP ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਆ। ਇਸੇ ਗੱਲ ਲਈ ਅਸੀਂ ਦੁਬਾਰਾ ਉਹਨਾਂ ਕੋਲ ਰਿਕੁਐਸਟ ਲੈ ਕੇ ਆਏ ਸੀ ਵੀ ਕਦੋਂ ਚੋਰੀ ਛੱਪੇ ਵੇਚਦੇ ਆ, ਉਹਨਾਂ ਦੀ ਕਾਰਵਾਈ ਹੋਵੇ।